ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ, ਪਰ ਇਹਨਾਂ ਸਵਾਲਾਂ ਦੇ ਜਵਾਬ ਦੇਣਗੇ ਸਰਵਣ ਸਿੰਘ ਪਨੇਰ ਹੋਣੀ, ਕਿਉਂਕਿ SKM ਕਹਿੰਦਾ ਹੈ ਕਿ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਉਹ ਕਹਿੰਦੇ ਸਾਨੂੰ ਕੋਈ ਸੁਣਿਆ ਪੱਤਰ ਨਹੀਂ, ਸਾਨੂੰ ਦੱਸਿਆ ਨਹੀਂ, ਪੁੱਛਿਆ ਨਹੀਂ, ਦੋ ਫਾਰਮਾਂ ਦਾ ਧਰਨਾ ਤੇ ਅਸੀਂ ਇਸ ਕਰਕੇ ਨਾਲ ਨਹੀਂ ਜਾ ਰਹੇ, ਅਸੀਂ ਤਾਂ ਆਪਣੇ ਪੱਧਰ ਤੇ ਵੱਖਰਾ ਅੰਦੋਲਨ ਸ਼ੁਰੂ ਕਰ ਰਹੇ ਹਾਂ। ਸਹੀ ਆ, ਮੈਂ ਇਹਦਾ ਸਵਾਲ ਦੇ ਜਵਾਬ ਤੋਂ ਪਹਿਲਾਂ ਇੱਕ ਗੱਲ ਕਹਿ ਦਿਆਂ ਵੀ ਸਾਡੀ ਲੜਾਈ ਆਪਣਿਆਂ ਨਾਲ ਹੈ ਨਹੀਂ, ਸਾਡੀ ਲੜਾਈ ਮੋਦੀ ਸਰਕਾਰ ਨਾਲ, ਸੈਂਟਰ ਸਰਕਾਰ ਨਾਲ, ਦੋਵਾਂ ਪਾਰਟੀਆਂ ਤੇ ਚੱਲ ਰਹੀ ਆ। ਜਿੱਥੋਂ ਤੱਕ ਭਰਾਵਾਂ ਦੀ ਏਕਤਾ ਦਾ ਸਵਾਲ ਹੈਗਾ, ਅਸੀਂ ਲਗਭਗ 14 ਮੀਟਿੰਗਾਂ ਦਾ ਤੁਹਾਨੂੰ ਵੇਰਵਾ ਦੱਸਤਾ, ਕੱਲੀ ਕੱਲੀ ਡੇਟ ਦੱਸ ਦਿੱਤੀ ਵੀ ਕਿਹਦੇ ਕਿਹਦੇ ਨਾਲ ਕਦੋਂ ਕਦੋਂ ਅਸੀਂ ਮਿਲੇ ਹੈਗੇ ਹਾਂ। ਔਰ ਹਜੇ ਤੁਹਾਡੇ ਕੋਲ ਇਹ ਵੀ ਨਹੀਂ, ਕਿਉਂਕਿ ਉਹਨਾਂ ਵੱਲੋਂ ਬਿਆਨ ਕੋਈ ਨਹੀਂ, ਹੋਰਨਾਂ ਬੰਦਿਆਂ ਨੂੰ ਵੀ ਮਿਲੇ ਆ, ਕਿਉਂਕਿ ਉਹਨਾਂ ਦਾ ਵਿਰੋਧ ਨਹੀਂ ਆਇਆ ਵੀ ਸਾਨੂੰ ਨਹੀਂ ਮਿਲੇ। ਹਾਂਜੀ, ਮੋਟਾ ਮੋਟਾ ਦੁਬਾਰਾ ਦੱਸ ਦਿਓ ਜਿਹੜੇ ਦਰਸ਼ਕ ਹੁਣ ਸੁਣ ਰਹੇ ਹੋਣ ਕਿ ਕਿਹੜੇ ਕਿਹੜੇ ਲੋਕਾਂ ਦੇ ਨਾਲ, ਮੁੱਖ ਆਗੂਆਂ ਦੇ ਨਾਲ ਤੁਹਾਡੀਆਂ ਮੀਟਿੰਗਾਂ ਹੋਈਆਂ ਤੇ ਤੁਹਾਡੇ ਵੱਲੋਂ ਕਿਹਨੇ ਕਿਹਨੇ ਕੀਤੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਸਾਨੀ ਸਾਹਿਬ ਦੇ ਘਰ ਗਏ, ਜਿਹੜੀ ਇਹਨਾਂ ਜਲੰਧਰ ਮੀਟਿੰਗ ਕਰਕੇ 18 ਦੀ ਚੰਡੀਗੜ੍ਹ ਕਾਲ ਦਿੱਤੀ ਸੀ। ਉਹ ਤੋਂ ਬਾਅਦ 16 ਅਕਤੂਬਰ ਨੂੰ ਲੱਖੋਵਾਲ ਸਾਹਿਬ ਦੇ ਦਫ਼ਤਰ 32 ਜਥੇਬੰਦੀਆਂ ਦੀ ਮੀਟਿੰਗ ਹੋਈ, ਉਹ 'ਚ ਇਹਨਾਂ 5 ਮੈਂਬਰੀ ਕਮੇਟੀ ਕੁਲਵੰਤ ਸਿੰਘ ਸੰਧੂ ਦੀ ਅਗਵਾਈ 'ਚ ਬਣਾਈ, ਉਹਦੇ ਨਾਲ ਗੱਲ ਹੋਈ। ਉਹ ਤੋਂ ਬਾਅਦ ਉਸੀ ਕਮੇਟੀ ਨਾਲ ਫਗਵਾੜੇ, ਜਿਸ 'ਚ ਲੱਖੋਵਾਲ ਸਾਹਿਬ, ਕੁਲਵੰਤ ਸਿੰਘ ਸੰਧੂ, ਰਾਏ ਸਾਹਿਬ ਸੀਗੇ, ਉਹਨਾਂ ਨਾਲ ਸਾਡੀ ਕਮੇਟੀ ਦੀ ਮੀਟਿੰਗ ਹੋਈ, ਇਹ ਦੋ ਆਪਸ਼ਲੀ। ਇਹਦੋਂ ਗਾਂ ਲੱਖੋਵਾਲ ਸਾਹਿਬ ਨਾਲ ਫਿਰ ਆਪਾਂ ਜਿਹੜਾ ਕਰਤਾਰਪੁਰ 'ਚ ਮੀਟਿੰਗ 8 ਜਨਵਰੀ ਨੂੰ ਕੀਤੀ ਹੈਗੀ ਆ, ਫਿਰ ਇਹਦੋਂ ਗਾਂ 14 ਨੂੰ ਫਿਰ ਲੱਖੋਵਾਲ ਸਾਹਿਬ ਨਾਲ ਸਾਡੀ ਦੂਜੀ ਟੀਮ ਜਾ ਕੇ ਮੀਟਿੰਗ ਕਰਕੇ ਆਈ ਹੈਗੀ ਆ। ਅਗਰਾਹਾਂ ਸਾਹਿਬ ਨਾਲ ਮੈਂ ਨਿੱਜੀ ਤੌਰ 'ਤੇ ਬਰਨਾਲੇ ਮਿਲਿਆ ਹੈਗਾ, ਤਰਕਸ਼ੀਲ ਭਵਨ ਫੂਲ ਸਾਹਿਬ ਨਾਲ ਸੀਗੇ, ਅਗਰਾਹਾਂ ਸਾਹਿਬ ਦੇ ਭਾਈ ਸਾਹਿਬ ਨਾਲ, ਆਪਣਾ ਸ਼ਿੰਗਾਰਾ ਸਿੰਘ ਮਾਨ ਨਾਲ ਸਾਡੀ ਦੂਜੀ ਟੀਮ ਜਾ ਕੇ ਉਹਨਾਂ ਦੇ ਪਿੰਡ ਜਾ ਕੇ ਮਿਲੀ ਹੈਗੀ ਆ। ਤੀਜੀ ਵਾਰ ਫਿਰ ਆਪਣਾ ਕ੍ਰਾਂਤੀਕਾਰੀਆਂ ਵਾਲੇ ਵੀਰ ਗ੍ਰਾਹਾਂ ਸਾਹਿਬ ਦੇ ਘਰ ਜਾ ਕੇ ਮਿਲੇ ਆ, ਉਹਨਾਂ ਨਾਲ ਗੱਲਬਾਤ ਹੋਈ ਆ। ਦਰਸ਼ਨਪਾਲ ਜੀ ਨਾਲ 3-4 ਮੀਟਿੰਗਾਂ, ਆਪਣਾ ਰਜਿੰਦਰ ਸਿੰਘ ਜੀ ਰਾਜੂ ਜਿਹੜੇ ਹਰਿਆਣੇ ਰਾਜਸਥਾਨ ਤੋਂ ਨੇ, ਮੋੜੀ ਜੀ ਲੌਂਗੋਵਾਲ ਸਾਹਿਬ ਨੇ ਵੱਖਰੀਆਂ ਅੱਡ ਕੀਤੀਆਂ ਹੈਗੀਆਂ। ਗੁਰਨਾਮ ਸਿੰਘ ਚਡੂਨੀ ਨਾਲ, ਰਜਿੰਦਰ ਸਿੰਘ ਜੀ ਰਾਜੂ ਸਾਡੇ ਮਾਨ ਸਾਹਿਬ ਨੇ ਦਿੱਲੀ ਦੇ, ਉਹ ਜਾ ਕੇ ਦੋ ਵਾਰੀ ਮਿਲ ਕੇ ਆਏ ਆ। ਪਨੀਰ ਸਾਹਿਬ, ਉਹ ਕਹਿੰਦੇ ਸਾਨੂੰ ਸੁਣਿਆ ਨਹੀਂ ਆਇਆ, ਤੁਸੀਂ ਲੰਬੀ ਚੌੜੀ ਲਿਸਟ ਗਣਾਤੀ, ਟਾਈਮ ਗਣਾ ਰਹੇ ਹੋ, ਜਗ੍ਹਾ ਗਣਾ ਰਹੇ ਹੋ, ਫਿਰ ਆਖਿਰ ਰੌਲਾ ਕੀ ਆ? ਕਿਉਂਕਿ ਜਿਹੜੇ ਆਮ ਕਿਸਾਨ ਨੇ ਨਾ, ਜਿਨ੍ਹਾਂ ਦੇ ਪੁੱਤ ਮਰ ਰਹੇ ਨੇ ਜਾਂ ਜਿਹੜੇ ਆ ਸੜਕਾਂ ਤੇ ਬੈਠੇ ਨੇ, ਇਹ ਚਾਹੁੰਦੇ ਨੇ ਕਿ ਸਾਡੀਆਂ ਮੰਗਾਂ ਦਾ ਮਸਲਾ ਹੱਲ ਹੋਵੇ, ਇਕੱਠੇ ਹੋ ਕੇ ਲੜੋ, ਤਾਂ ਕੀ ਕਾਰਨ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਵੀ ਇੱਕ ਦੂਜੇ ਦੇ ਸਵਾਲ, ਇੱਕ ਦੂਜੇ ਦੇ ਇਲਜ਼ਾਮ, ਸਾਨੂੰ ਸੱਦਿਆ ਨਹੀਂ, ਅਸੀਂ ਗਏ ਨਹੀਂ, ਕਿਉਂ ਇਕੱਠੇ ਨਹੀਂ ਹੋ ਪਾ ਰਹੇ, ਕਾਰਨ ਕੀ ਲੱਗਦਾ? ਦੇਖੋ, ਸਾਡੇ ਵੱਲੋਂ ਕੋਈ ਸਵਾਲ ਨਹੀਂ ਉਹਨਾਂ 'ਤੇ, ਜਿਸ ਕਦੇ ਪਰਸਨਲ ਸਾਡਾ ਸਵਾਲ ਸੁਣਨਾ ਸੀ ਕਦੀ ਨਹੀਂ ਕੀਤਾ, ਨਾ ਕਦੀ ਮੇਰੇ ਮੂੰਹ 'ਚੋਂ ਕਿਸੇ ਆਪਣੇ ਭਰਾ ਪ੍ਰਤੀ ਕੋਈ ਗੱਲ ਇਹੋ ਜਿਹੀ ਕਦੀ ਨਿਕਲੀ ਆ, ਨਾ ਮੈਂ ਕੱਢਦਾ ਹੁੰਦਾ। ਸਵਾਲ ਸਿਰਫ ਇੰਨਾ, SKM ਇਹ ਸਮਝਦਾ ਸੀ ਵੀ ਅੰਦੋਲਨ ਦਿੱਲੀ ਵਾਲਾ ਖੜਾ ਨਹੀਂ ਹੋ ਸਕਦਾ, ਉਹਨਾਂ ਦੀ ਆਫਸ਼ੀਅਲੀ ਪੋਜੀਸ਼ਨ ਹੈ ਜਿਹੜੇ ਵੱਡੇ ਰੌਲੇ। ਅਸੀਂ ਨਵੰਬਰ 'ਚ ਅੰਦੋਲਨ ਕਰਨਾ ਚਾਹੁੰਦੇ ਸੀ, ਉਹ ਨਵੰਬਰ 'ਚ ਸੂਬਿਆਂ ਦੀਆਂ ਰਾਜਧਾਨੀਆਂ ਘੇਰਨੀਆਂ ਚਾਹੁੰਦੇ ਸੀ। ਅਸੀਂ ਕਿਹਾ ਚੱਲ ਛੱਡ ਦਿਓ, ਨਵੰਬਰ ਤੋਂ 20-30 ਦਿਨਾਂ ਬਾਅਦ ਕੋਈ ਸੱਦਾ ਦੇ ਦਿਓ ਅਤੇ ਦਿੱਲੀ ਨੂੰ ਜਾਈਏ, ਉਹ ਸੰਭਾਵਨਾ ਵੀ ਮੁੱਕ ਗਈਆਂ। ਫਿਰ ਉਹਨਾਂ ਦਾ ਆਫਸ਼ੀਅਲੀ ਜਿਹੜਾ ਸੀ ਉਹ ਲੈ ਕੇ ਆਏ ਵੀ ਇਤਿਹਾਸ ਨੂੰ ਪੜ੍ਹੋ, ਅੰਦੋਲਨ ਐਡੀ ਛੇਤੀ ਖੜ੍ਹੇ ਨਹੀਂ ਹੁੰਦੇ। ਕੁਲਵੰਤ ਸਿੰਘ ਸੰਧੂ ਸਪਸ਼ਟ ਕਹਿੰਦੇ ਨਜ਼ਰ ਆਏ ਵੀ ਇਤਿਹਾਸ ਤੋਂ ਤੁਸੀਂ ਬਾਕੀਆਂ ਦਾ ਛੱਡ ਦਿਓ। ਰੁਲਦੂ ਸਿੰਘ ਮਾਨਸਾ ਦਾ ਤੁਹਾਡੀ ਪ੍ਰੈਸ 'ਚ ਬਿਆਨ ਹੈ ਵੀ 33 ਸਾਲ ਤੋਂ ਪਹਿਲਾਂ ਕੋਈ ਅੰਦੋਲਨ ਨਹੀਂ ਖੜਾ ਕਰਦਾ, ਪਰ ਹੁਣ ਤਾਂ ਦੇਖੋ ਲੋਕ ਘਰਾਂ ਤੋਂ ਬਾਹਰ ਵੀ ਆ ਗਏ, ਉਹੀ ਟਰਾਲੀਆਂ ਕਈ ਕਿਲੋਮੀਟਰ ਤੀਕਰ ਲੱਗ ਵੀ ਗਈਆਂ, ਉਹ ਤੋਂ ਬਾਅਦ ਵੀ ਮੀਟਿੰਗਾਂ ਕਰਨ ਦੀ ਕੋਸ਼ਿਸ਼ ਹੋਈ, ਗੱਭਰੂ ਪੁੱਤ ਸ਼ਹੀਦ ਵੀ ਹੋ ਗਏ, ਐਸੇ ਹਾਲਾਤਾਂ ਦੇ ਵਿੱਚ ਵੀ ਕਿਉਂ ਅੱਗੇ ਨਹੀਂ ਆਏ? ਕਿਉਂਕਿ ਲੋਕ ਇਹ ਵੀ ਸਵਾਲ ਚੁੱਕਦੇ ਨੇ ਲੋਕਾਂ ਨੇ ਕਿ ਕਿਤੇ ਤਗਮਾ ਲੈਣ ਦਾ ਰੌਲਾ ਤਾਂ ਨਹੀਂ, ਕਿ ਤਗਮਾ ਕਿਹਦੇ ਮੋਢੇ 'ਤੇ ਲੱਗਣਾ? ਦੇਖੋ, ਸਵਾਲ ਤਾਂ ਇਹ ਵੀ ਜੇ ਤਕਮਾ ਲੈਣ ਦਾ ਰੌਲਾ ਹੁੰਦਾ ਤਾਂ ਸਾਰਿਆਂ ਕੋਲ ਕਿਉਂ ਜਾਂਦੇ? ਫਿਰ ਤਾਂ ਅਸੀਂ ਕਿਸੇ ਕੋਲ ਨਾ ਜਾਂਦੇ ਵੀ ਤਕਮਾ ਅਸੀਂ ਲੈਣਾ।
ਅਸੀਂ ਤਾਂ ਸਾਰਿਆਂ ਕੋ ਗਏ ਹਾਂ ਨਾ ਵੀ ਸਾਰੇ ਆ ਜਾਓ। ਹੁਣ ਦੂਜੀ ਪੋਜੀਸ਼ਨ ਇਹ ਸੀ ਵੀ ਇਸ ਅੰਦੋਲਨ ਚੋਂ ਕੋਈ ਪਾਰਟੀ ਨਿਕਲੂਗੀ ਕਿ ਨਹੀਂ ਨਿਕਲੂਗੀ। ਗੱਲਬਾਤ ਦੇ ਵਿੱਚ ਪਾਰਦਰਸ਼ਤਾ ਕਿਵੇਂ ਰੱਖਣੀ ਹੈ ਵੀ ਉਹਦੇ 'ਚ ਫਿਰ ਕੋਈ ਆਗੂ ਚਾਰ ਜਾਂਦੇ ਕੋਈ ਆਪਣੀ ਵੱਖ ਡਫਲੀ ਨਾ ਵਜਾਉਣ, ਇਹ ਗੱਲਾਂ ਤੇ ਡਿੱਕੇ ਸੀਗੇ। ਹੁਣ ਦੂਰ ਤਾਂ ਉਹਨਾਂ ਅਸੀਂ ਤਾਂ ਲਿਖਤੀ ਚਿੱਠੀ ਦਿੱਤੀ ਹੋਈ ਆ ਲਿਖਤੀ ਅਫਸ਼ਲੀ। ਮੈਂ ਦੇਖਿਆ ਤੁਸੀਂ ਜਿਵੇਂ ਵਾਰੀ ਵਾਰੀ ਜਿਹੜਾ ਤੁਹਾਡਾ ਰਵੱਈਆ ਜਾਂ ਐਟੀਟਿਊਡ ਹੁੰਦਾ ਕਿਤੇ ਨਾ ਕਿਤੇ ਤੁਸੀਂ ਇੱਕ ਤਰ੍ਹਾਂ ਸੱਦਾ ਵਾਂਗੂ ਕਹਿ ਸਕਦੇ ਹਾਂ, ਤੁਸੀਂ ਸੁਨੇਹਾ ਦਿੱਤਾ ਇਕੱਠੇ ਹੋ ਕੇ ਲੜਨਾ, ਪਰ ਉੱਧਰੋਂ ਕੀ ਐਸਾ ਕਾਰਨ ਹੈ ਕਿ ਉਹ ਤੁਹਾਡੀ ਸ਼ੁਰੂ ਕੀਤੀ ਇਸ ਲਹਿਰ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ? ਕੀ ਉਹ ਡੱਲੇਵਾਲ ਜਾਂ ਭੰਦੇਰ ਦੇ ਨਾਲ ਲੱਗ ਕੇ, ਜਾਂ ਫਿਰ ਉਹਨਾਂ ਨੂੰ ਲੱਗਦਾ ਕਿ ਅੱਜ ਆਵਾਂਗੇ ਤਾਂ ਅਸੀਂ ਪਿਛਲੀ ਕਤਾਰ 'ਚ ਖੜਾਂਗੇ? ਕਿਤੇ ਐਸੀ ਸਮੱਸਿਆ ਤਾਂ ਨਹੀਂ? ਕਿਉਂਕਿ ਲੋਕ ਹਲੇ ਵੀ ਕਿਤੇ ਨਾ ਕਿਤੇ ਸੋਚਦੇ ਨੇ ਕਿ ਭਾਈ ਕਿਸਾਨ ਆਗੂ ਹੋ, ਲੀਡਰਾਂ ਵਾਲੇ ਕੰਮ ਕਿਹੜੇ ਪੈ ਗਏ, ਤੁਸੀਂ ਕਿਉਂ ਰਾਜਨੀਤਿਕ ਪਾਰਟੀਆਂ ਵਾਲੇ ਹਾਲਾਤਾਂ ਦੇ ਵਿੱਚ ਤੁਸੀਂ ਫਸਦੇ ਜਾ ਰਹੇ ਹੋ? ਦੇਖੋ, ਇਹ ਤਾਂ ਸਥਿਤੀ ਉਹ ਸਪਸ਼ਟ ਕਰ ਸਕਦੇ ਆ, ਠੀਕ ਆ। ਅਸੀਂ ਤਾਂ ਕਿਹਾ ਕੋਈ ਵਿੱਚ ਆ ਕੇ ਕੰਮ ਕਰਨਾ ਚਾਹੁੰਦਾ ਦੋਵਾਂ ਫੋਰਮਾਂ ਦਾ ਇੱਕ ਜਾਪਦਾ, ਇੱਕ ਨਹੀਂ ਕਰਨਾ ਚਾਹੁੰਦਾ ਤਾਲਮੇਲ ਮਾ ਕਰਨਾ ਚਾਹੁੰਦਾ। ਸਥਿਤੀ ਤਾਂ ਉਹ ਸਪਸ਼ਟ ਕਰਨਗੇ ਵੀ ਉਹਨਾਂ ਨੂੰ ਰੌਲਾ ਕੀ ਆ ਉਹਨਾਂ ਦਾ। ਅਜੇ ਤੱਕ ਤਾਂ ਸਥਿਤੀ ਉਹਨਾਂ ਸਪਸ਼ਟ ਨਹੀਂ ਕੀਤੀ ਜਿਹੜੀ ਉਹਨਾਂ ਨੇ ਸਾਡੇ ਭਰਾਵਾਂ ਨੇ ਮੀਡੀਆ 'ਚ ਗੱਲ ਰੱਖੀ ਵੀ ਸਾਨੂੰ ਪੁੱਛਿਆ ਗਿੱਛਿਆ ਨਹੀਂ ਗਿਆ, ਉਹ ਸਪਸ਼ਟ ਕੀਤਾ। ਇੱਕ ਚੀਜ਼ ਹੋਰ, ਇੱਕ ਤਾਂ ਹੁੰਦਾ ਕਿ ਜੇ ਨਾਲ ਨਹੀਂ ਜਾਣਾ ਨਾ ਬੰਦਾ ਚੁੱਪ ਕਰ ਜਾਂਦਾ, ਪਰ ਉੱਧਰੋਂ ਤਾਂ ਬਿਆਨ ਇਸ ਧਰਨੇ ਦੇ ਖਿਲਾਫ਼ ਵੀ ਆਏ, ਔਰ ਮੈਂ ਆਗੂ ਦਾ ਨਾਂ ਨਹੀਂ ਲੈਂਦਾ, ਇੱਕ ਆਗੂ ਦਾ ਪ੍ਰੈਸ ਨੋਟ ਦੂਜੇ ਤੀਜੇ ਦਿਨ ਕਿ ਰੋਜ਼ ਵਾਂਗੂ ਉਹਦੇ ਮੈਸੇਜ ਆਉਂਦੇ ਆ, ਪ੍ਰੈਸ ਨੋਟ ਆਉਂਦੇ ਆ, ਕਦੇ ਤਾਂ ਤੁਹਾਡੀਆਂ ਮੀਟਿੰਗਾਂ ਤੇ ਸਵਾਲ ਚੁੱਕਿਆ ਜਾਂਦਾ, ਕਦੇ ਤੁਹਾਡੀ ਮੀਟਿੰਗ ਦੇ ਵਿੱਚ ਵਿਚਾਰੇ ਮੁੱਦਿਆਂ ਤੇ ਸਵਾਲ ਚੁੱਕਿਆ ਜਾਂਦਾ। ਕਿਉਂ ਐਸਾ ਲੱਗਦਾ ਕਿ ਉਹ ਜਦੋਂ ਅਸੀਂ ਪੂਰੇ ਹਾਲਾਤ ਨੂੰ ਬਚੀਏ ਤਾਂ ਇੱਦਾਂ ਲੱਗਦਾ ਕਿ ਕਿਧਰੇ ਇਹ ਮੋਰਚਾ ਸਿਰੇ ਨਾ ਲਾ ਜਾਣ? ਦੇਖੋ, ਮੈਂ ਕਦੀ ਕ੍ਰਿਟੀਸਿਜ਼ਮ ਤੇ ਵਿਸ਼ਵਾਸ ਨਹੀਂ ਰੱਖਦਾ ਵਿਅਕਤੀਆਂ ਦੇ। ਅਸੀਂ ਇੱਕ ਵਿਸ਼ਵਾਸ ਰੱਖਦੇ, ਇੱਕ ਲਕੀਰ ਦੇ ਸਾਹਮਣੇ ਵੱਡੀ ਲਕੀਰ ਹੈ, ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾ ਲਿਆ, ਕੋਈ ਲਕੀਰ ਹੈ ਉਹਦੇ ਕਰੀ ਵੱਡੀ ਲਕੀਰ ਖਿੱਚੋ। ਜਿਨ੍ਹਾਂ ਦੇ ਨਾਲ ਲੋਕ ਹੋਣਗੇ ਉਹ ਕਦੀ ਨਹੀਂ ਕਿਸੇ ਮੈਦਾਨੇ ਨਹੀਂ ਹਰਦੇ ਹੈਗੇ, ਅਸੀਂ ਇਸ ਵਿਸ਼ਵਾਸ ਨਾਲ ਚੱਲੇ ਹਾਂ। ਅਸੀਂ ਤਾਂ ਉਹਨਾਂ ਨੂੰ ਕਹਿੰਦੇ ਹਾਂ ਭਾਈ ਤੁਹਾਡੀ ਕੋਈ ਵੀ ਅੱਜ ਤੱਕ ਕਾਲ ਆਈ ਆ, ਕਦੀ ਸਾਡਾ ਬਿਆਨ ਵੇਖੋ ਅਸੀਂ ਕਿਹਾ ਹੋਵੇ ਇਸ ਕਾਲ ਨਾਲ ਸਾਡਾ ਕੋਈ ਸੰਬੰਧ ਨਹੀਂ। ਹਾਂ, ਅਸੀਂ ਸਪਸ਼ਟ ਕਰ ਸਕਦੇ ਹਾਂ ਵੀ ਇਹ ਕਾਲ ਉਹਨਾਂ ਦੀ ਆ ਜਾਂ ਸਾਡੀ ਆ। ਤੁਹਾਡਾ ਤਾਂ 10 ਨੂੰ ਪ੍ਰੈਸ ਬੈਨ ਆ ਗਿਆ ਵੀ 13 ਵਾਲੀ ਦਿੱਲੀ ਕਾਲ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ। ਅੱਛਾ, ਕਈ ਆਗੂ ਨੇ ਫਿਰ ਵੀ ਸੰਪਰਕ ਕੀਤਾ, ਚਡੂਨੀ ਤੁਹਾਡੇ ਨਾਲ ਸੰਪਰਕ ਕਰ ਰਹੇ ਸੀ, ਬੂਟਾ ਸਿੰਘ ਸ਼ਾਦੀਪੁਰ ਹੋਣੀ, ਮੈਂ ਇਸੇ ਮੋਰਚੇ ਦੇ ਵਿੱਚ ਘੁੰਮਦੇ ਵੇਖੇ ਕਈ ਆਗੂ, ਮਨਜੀਤ ਸਿੰਘ ਰਾਏ ਦੇਖ ਲਓ ਆ ਗਏ, ਮੈਂ ਕਈ ਆਗੂ ਜਿਹੜੇ ਤੁਹਾਡੇ ਨਾਲ ਸੰਪਰਕ ਕਰਦੇ ਦੇਖੇ, ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ? ਤੁਹਾਨੂੰ ਲੱਗਦਾ ਹੈ ਕਿ ਆਉਣਗੇ ਜਾਂ ਫਿਰ ਉਹ ਦੂਜਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਫਿਰ ਉਧਰਲੇ ਦਬਾਅ 'ਚ ਨੇ? ਦੇਖੋ, ਜਿਹੜੇ ਵੀ ਕਿਸੇ ਆਗੂ ਨੇ ਸੰਪਰਕ ਕੀਤਾ ਉਹਨਾਂ ਨੂੰ ਕਿਹਾ, ਅੱਜ ਬਹਿਰੂ ਸਾਹਿਬ ਬੋਲੇ ਨੇ ਵੀ ਭਾਈ ਕੋਈ ਮਾਣ ਸਨਮਾਨ 'ਚ ਕਮੀ ਹੋਊ, ਕੋਈ ਤੁਹਾਨੂੰ ਆਇਆਂ ਨੂੰ ਜੀ ਆਇਆਂ ਨਾ ਕਰਾਂਗੇ, ਤੁਹਾਡੀ ਰਾਏ ਨਾ ਲਾਂਗੇ, ਫਿਰ ਸਾਨੂੰ ਕਿਹੋ, ਅਸੀਂ ਆਪਣੇ ਵੱਲੋਂ ਤੁਹਾਡੀ ਕੋਈ ਮਨਜੀਤ ਰਾਏ ਨੂੰ ਪੁੱਛ ਲਓ ਵੀ ਕੋਈ ਮਾਣ ਸਨਮਾਨ 'ਚ ਕਮੀ ਰਹਿਣ ਦਿੱਤੀ ਬਹਿਰੀ ਸਾਹਿਬ ਨੂੰ, ਜਿਹੜੇ ਆਇਆ ਉਹ ਦੱਸਣ, ਭਾਵੇਂ ਅੱਗੋਂ ਆਇਆ ਕੋ ਮਗਰੋਂ ਆਇਆ, ਲਹਿਰ ਆ, ਹਰ ਇੱਕ ਦਾ ਯੋਗਦਾਨ, ਅਸੀਂ ਕਿਉਂ ਕਹੀਏ, ਹਰ ਇੱਕ ਦਾ ਹਿੱਸਾ ਹੈਗਾ। ਅਸੀਂ ਆਪਣੇ ਵੱਲੋਂ ਕਿਸੇ ਦਾ ਵੀ ਮਾਣ ਸਨਮਾਨ 'ਚ ਕਮੀ ਨਹੀਂ ਛੱਡ ਰਹੇ, ਨਾ ਸਾਡਾ ਇਸ ਕਿਸਮ ਦਾ ਕੋਈ ਮਕਸਦ ਹੈਗਾ। ਸਾਡੇ ਸਾਹਮਣੇ ਸਾਡੇ ਭਰਾ ਨਹੀਂ ਹੈਗੇ, ਆਹ ਦਿਮਾਗ ਪੜੋ, ਮੋਦੀ ਸਾਹਿਬ ਨੇ, ਅਸੀਂ ਉੱਧਰ ਦੇਖ ਰਹੇ ਹਾਂ ਵੀ ਇਹ ਹਾਕਮ ਨਾਲ ਕਿਵੇਂ ਨਿਬੜਨਾ, ਜਿਹੜਾ ਸਾਨੂੰ ਸਾਰਿਆਂ ਨੂੰ ਚਾਹੇ ਅਸੀਂ ਹੋਈਏ ਚਾਹੇ ਸਕੈਮ ਕੁੱਟੂਗਾ, ਉਹਨਾਂ ਨੂੰ ਵੀ ਕੁੱਟੂਗਾ ਸਾਨੂੰ ਵੀ, ਅਸੀਂ ਇਹਦੇ ਨਾਲ ਰਲ ਕੇ ਨਿਪਟੀਏ। ਸਾਡੀ ਤਾਂ ਪੋਜੀਸ਼ਨ ਆਹ ਵਾ, ਜੋ ਕੁਝ ਕਿਸਾਨ ਮਜ਼ਦੂਰ ਲਈ ਲਿਆ ਜਾਂਦਾ ਉਹ ਲੈ ਲਈਏ। ਤੁਸੀਂ ਕਹਿੰਦੇ ਕਿ ਅੱਗੇ ਵੀ ਸੁਨੇਹ ਭੇਜੇ, ਗੱਲਾਂ ਬਾਤਾਂ ਕੀਤੀਆਂ, ਇੱਕ ਆਖਰੀ ਸੁਨੇਹਾ, ਜਿੱਦਾਂ ਕਹਿੰਦੇ ਕਿ ਨੀਵੇਂ ਹੋ ਕੇ ਜੇ ਭਰਾ ਇਕੱਠੇ ਹੁੰਦੇ ਆ ਤਾਂ ਮੈਨੂੰ ਲੱਗਦਾ ਉਹ ਨੀਵੇਂ ਹੋਣਾ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ। ਅੱਜ ਨਿਊਜ਼ 18 ਦੇ ਮਾਧਿਅਮ ਰਾਹੀਂ
ਹੋਰ ਨੀਵੇਂ ਹੋ ਕੇ ਇੱਕ ਖੁੱਲ੍ਹੇ ਦਿਲ ਨਾਲ ਸੱਦਾ ਦੇ ਦਿਓ ਉਹਨਾਂ ਨੂੰ ਕਿ ਭਾਈ ਤੁਹਾਡਾ ਸਵਾਗਤ ਹੈ, ਆ ਜਾਓ। ਅਸੀਂ ਤਾਂ ਸਪਸ਼ਟ ਅੱਜ ਵੀ ਕਰਨੇ ਹਾਂ ਵੀ ਇੱਕ ਤਾਂ ਜੇ ਸਾਡੇ ਫੋਰਮਾਂ 'ਚ ਸ਼ਾਮਲ ਹੋਣਾ ਸਾਡਾ ਇੱਕ ਜਾਪਤਾ ਵਾ, ਖੁੱਲ੍ਹੇ ਦਿਲ ਨਾਲ ਆਓ, ਅਸੀਂ ਸਵਾਗਤ ਕਰਾਂਗੇ। ਜੇ ਤਾਲਮੇਲਵਾਂ ਕਰਨਾ ਤਾਂ ਵੀ ਤੁਹਾਡਾ ਖੁੱਲ੍ਹਾ ਸਵਾਗਤ ਹੈ। ਤੁਸੀਂ ਤੈਅ ਕਰ ਲਓ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ, ਅਤੇ ਸਾਨੂੰ ਦੋਵਾਂ ਧਿਰਾਂ ਨੂੰ ਕੋਈ ਸਾਡੇ ਵੱਲੋਂ ਬੇਲੋੜੀ ਬਿਆਨਬਾਜ਼ੀ ਹੈ ਸਾਨੂੰ ਨੋਟ ਕਰਾਓ, ਜੇ ਤੁਸੀਂ ਕਰ ਰਹੇ ਹੋ ਤਾਂ ਤੋਂ ਬਚਣਾ ਚਾਹੀਦਾ। ਅੱਛਾ, ਦੂਜੀ ਗੱਲ ਹੁਣ ਅੱਗੇ ਰਣਨੀਤੀ ਕੀ ਰਹੇਗੀ, ਜੇ ਮੰਨ ਲਓ ਆਉਂਦੇ ਆ ਜਾਂ ਨਹੀਂ ਵੀ ਆਉਂਦੇ ਤਾਂ ਕਿਸਾਨ ਤੁਹਾਡੇ ਨਾਲ ਬੈਠੇ ਨੇ, ਕਈ ਕਿਲੋਮੀਟਰ ਤੱਕ ਟਰਾਲੀਆਂ 'ਚ ਬੈਠੇ ਨੇ, ਇਸ ਅੰਦੋਲਨ ਦੀ ਅੱਗੇ ਰੂਪਰੇਖਾ ਕੀ ਹੋਏਗੀ, ਇਹ ਅੰਦੋਲਨ ਕਦੋਂ ਤੱਕ ਜਾਰੀ ਰਹੇਗਾ? ਦੇਖੋ, ਦੋ ਚਾਰ ਚੀਜ਼ਾਂ ਨੇ ਸਰ। ਦੇਖੋ, ਅਗਲੇ ਬੰਨੇ ਹਥਿਆਰਬੰਦ ਲੜਾਈ ਤਾਂ ਹੈ ਨਹੀਂ ਗੀ, ਝੰਡੇ ਡੰਡਿਆਂ ਵਾਲੇ ਆ, ਨੰਗੇ ਹੱਥਾਂ ਅੱਗੇ ਸਿੱਧੀ ਬੁਲਟ ਚਲਾ ਰਹੇ ਨੇ, ਇਹ 'ਤੇ ਵਿਚਾਰ ਬਹੁਤ ਜ਼ਰੂਰੀ ਹੈ। ਕੀ ਕਰੀਏ, ਅੰਦੋਲਨ ਨੂੰ ਹੋਰ ਵੱਡਾ ਕਿਵੇਂ ਕਰੀਏ, ਅੰਦੋਲਨ ਦਾ ਹੋਰ ਕਿਵੇਂ ਮੂਵਮੈਂਟ ਨੂੰ ਵਧਾਈਏ, ਸਾਰੀਆਂ ਚੀਜ਼ਾਂ ਲਈ ਸਾਰੇ ਸੱਦੇ ਹੋਏ ਆ। ਕਈ ਵਾਰ ਆਉਂਦੇ ਆ ਲੇਟ ਹੋ ਰਹੇ ਆ, ਕਿਸੇ ਨੂੰ ਟਿਕਟ ਮਿਲ ਰਹੀ, ਕਿਸੇ ਨੂੰ ਨਹੀਂ ਮਿਲ ਰਹੀ, ਅੱਜ ਆ ਜਾਣ, ਕੱਲ੍ਹ ਆ ਜਾਣ, ਹਰੇਕ ਨੂੰ ਸੱਦਣਾ ਹੈਗਾ, ਪਰਸੋਂ ਤੱਕ ਹਰੇਕ ਦੀ ਰਾਏ ਲੈਣੀ ਹੈਗੀ ਆ ਵੀ ਅਸੀਂ ਕੋਈ ਪੰਜਾਬ ਹਰਿਆਣੇ ਵਾਲੇ ਜਾਂ ਉੱਤਰ ਭਾਰਤ ਦੇ ਲੀਡਰ ਇਕੱਲੇ ਫੈਸਲਾ ਨਹੀਂ ਕਰਨਗੇ, ਤੁਹਾਡੇ ਸਾਰਿਆਂ ਨੇ ਨਾਲ ਰਲ ਕੇ ਕਰਾਂਗੇ। ਉਹਨਾਂ ਨੂੰ ਉਹਨਾਂ ਦੀ ਆਪਣੀਆਂ ਸਟੇਟਾਂ ਦੀਆਂ ਸਥਿਤੀਆਂ ਹੈਗੀਆਂ ਨੇ, ਪੰਜਾਬ ਦੀ ਸੰਘਰਸ਼ ਕਰਨ ਦੀ ਸਥਿਤੀ ਹੋ ਰਿਹਾ, ਹਰਿਆਣੇ ਦੀ ਸੰਘਰਸ਼ ਕਰਨ ਦੀ ਸਥਿਤੀ ਹੋ ਰਿਹਾ, ਦੇਸ਼ ਭਰ ਦੇ ਲੋਕਾਂ ਦੀ ਸੰਘਰਸ਼ ਕਰਨ ਦੀ ਸਥਿਤੀ ਹੋ ਰਿਹਾ। ਅਸੀਂ ਇੱਕ ਸਟੇਟ ਨੂੰ ਵੇਖ ਕੇ ਫੈਸਲਾ ਨਹੀਂ ਕਰ ਸਕਦੇ, ਹੋ ਸਕਦਾ ਕੋਈ ਫੈਸਲਾ ਪੰਜਾਬ ਨੂੰ ਚੰਗਾ ਨਾ ਲੱਗੇ, ਉਹ ਜਿਹੜਾ ਪੰਜਾਬ ਨੂੰ ਚੰਗਾ ਲੱਗੂਗਾ ਹੋ ਸਕਦਾ ਦੇਸ਼ ਵਾਲਿਆਂ ਨੂੰ ਚੰਗਾ ਨਾ ਲੱਗੇ। ਹਰਿਆਣੇ ਦੇ ਵਿੱਚ 50,000 ਅਰਧ ਸੈਨਿਕ ਫੋਰਸ ਖੜੇ ਨੇ, ਕੈਦੀ ਨੇ, ਉਹਨਾਂ ਕੈਦੀਆਂ ਬਾਰੇ ਵੀ ਅਸੀਂ ਸੋਚਣਾ, ਤਾਂ ਜਿਹੜੇ ਆਗੂ ਅੱਜ ਕਾਇਮ ਕਰ ਰਹੇ ਉਹਨਾਂ ਨੇ ਉਸ ਕੈਦ 'ਚ ਜਾ ਕੇ ਮੁੜ ਕੇ ਰਹਿਣਾ ਵੀ। ਸਾਰੇ ਚੀਜ਼ਾਂ ਨੇ ਸਾਡੇ ਸਾਹਮਣੇ ਵੀ ਹਰ ਇੱਕ ਚੀਜ਼ ਨੂੰ ਵਿਚਾਰ ਕੇ ਸਮਝ ਕੇ ਤਹੱਮਲ ਨਾਲ ਹੌਸਲੇ ਨਾਲ, ਔਰ ਇਹ ਅੰਦੋਲਨ ਜੇ ਸਰਕਾਰ ਖਿੱਚ ਕੇ ਕੋਡ ਆਫ ਕੰਡਕਟ 'ਚ ਲੈ ਗਈ ਫਿਰ ਇਹਦਾ ਕੀ ਸੋਚਣਾ। ਅਸੀਂ ਸਪਸ਼ਟ ਕਰਦੇ ਹਾਂ ਕਿਸੇ ਵੀ ਕੀਮਤ 'ਤੇ ਇਹ ਅੰਦੋਲਨ ਰੁਕੂਗਾ ਨਹੀਂ, ਕਿਉਂਕਿ ਨਾ ਤਾਂ ਅਸੀਂ MP ਦੀਆਂ ਟਿਕਟਾਂ ਮੰਨਣੀਆਂ, ਨਾ ਕਿਤੇ ਪੂਲਿੰਗ ਬੂਥ 'ਤੇ ਜਾ ਕੇ ਬੂਥ ਲਾਉਣਾ ਹੈਗਾ, ਆਪਣਾ ਕੰਮ ਇਹ ਹੈਗਾ ਆਪਾਂ ਕਰਾਂਗੇ ਤਕੜੇ।